ਸ੍ਰੀਕਾਲ ਦੋਸਤੋ, ਮੈਂ ਹਾਂ ਜਰਨਲਿਸਟ ਵਿਕਰਮਜੀਤ ਸਿੰਘ। ਜੋ ਸਰਹੱਦਾਂ ਦੇ ਟਕਰਾਅ, ਸ਼ੰਭੂ ਟੈਕਨੋਲੋਜੀ ਟਕਰਾਅ ਜਿਹੜਾ ਕਿਸਾਨਾਂ ਦਾ ਹਰਿਆਣਾ ਗੌਰਮੈਂਟ ਦੇ ਨਾਲ ਲਗਾਤਾਰ ਜਾਰੀ ਹੈ। ਸੋ ਕੱਲ੍ਹ ਹੀ ਜੋਗਿੰਦਰ ਸਿੰਘ ਅਗਰਾਹਾਂ ਗਰੁੱਪ ਨੇ ਹਮਾਇਤ ਕਿਸਾਨਾਂ ਨੂੰ ਦਿੱਤੀ ਹੈ। ਇਸ ਹਮਾਇਤ ਦੇ ਚੱਲਦੇ ਅੱਜ ਪੰਜਾਬ ਭਰ ਦੇ ਵਿੱਚ 12 ਵਜੇ ਤੋਂ ਲੈ ਕੇ 4:30 ਵਜੇ ਤੱਕ ਸਾਰੀਆਂ ਹੀ ਟ੍ਰੇਨਾਂ ਦਾ ਚੱਕਾ ਅੱਜ ਕਿਸਾਨਾਂ ਵੱਲੋਂ ਜਾਮ ਕਰ ਦਿੱਤਾ ਜਾਵੇਗਾ। ਸੋ ਅਸੀਂ ਖੜ੍ਹੇ ਹਾਂ ਪਟਿਆਲਾ ਰੇਲਵੇ ਸਟੇਸ਼ਨ 'ਤੇ। ਮੈਂ ਦੱਸਣਾ ਚਾਹੁੰਦਾ ਵੀ ਅੰਬਾਲਾ ਡਿਵੀਜ਼ਨ ਅਤੇ ਫਿਰੋਜ਼ਪੁਰ ਡਿਵੀਜ਼ਨ ਦੀਆਂ ਜਿੰਨੀਆਂ ਵੀ ਟ੍ਰੇਨਾਂ ਬਾਹਰਲੇ ਅਦਰ ਰਾਜਾਂ ਤੋਂ ਪੰਜਾਬ ਦੇ ਵਿੱਚ ਐਂਟਰ ਹੁੰਦੀਆਂ ਹਨ, ਚਾਹੇ ਉਹ ਟ੍ਰੇਨਾਂ ਅੰਮ੍ਰਿਤਸਰ, ਜੰਮੂ, ਕਟੜਾ, ਚਾਹੇ ਉਹ ਫਿਰੋਜ਼ਪੁਰ, ਕਿਸੇ ਵੀ ਟਰੈਕ 'ਤੇ ਕਿਸੇ ਵੀ ਰੂਟ 'ਤੇ ਟ੍ਰੇਨਾਂ ਜਾਂਦੀਆਂ ਹਨ। ਦੋ ਦਰਜਨ ਦੇ ਕਰੀਬ ਜਿਹੜੀਆਂ ਟ੍ਰੇਨਾਂ ਅੱਜ ਪ੍ਰਾਪਤ ਹੋਣਗੀਆਂ। ਸੋ ਲੰਬੇ ਸਫ਼ਰ 'ਤੇ ਨਿਕਲੀਆਂ ਹੋਈਆਂ ਸਵਾਰੀਆਂ ਵੱਖ ਵੱਖ ਰਾਜਾਂ ਤੋਂ ਆਉਣ ਵਾਲੀਆਂ ਜਿਹੜੀਆਂ ਟ੍ਰੇਨਾਂ ਨੇ, ਅੱਜ 12 ਵਜੇ ਤੋਂ ਲੈ ਕੇ 4:30 ਵਜੇ ਤੱਕ ਸਾਰੀਆਂ ਹੀ ਟ੍ਰੇਨਾਂ ਰੋਕ ਦਿੱਤੀਆਂ ਜਾਣਗੀਆਂ। ਤੋਂ ਸਵਾਰੀਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਜਿੱਥੇ ਮੈਂ ਗੱਲ ਕਰਾਂ ਵੀ ਸਿੰਘੂ ਅਤੇ ਟਿੱਕਰੀ ਜਿਹੜੇ ਬਾਰਡਰ ਨੇ ਹਾਈਵੇ ਉੱਪਰੋਂ ਸੀਲ ਕਰ ਦਿੱਤੇ ਗਏ ਨੇ। ਦਿੱਲੀ ਅਤੇ ਨੋਇਡਾ ਦਾ ਜਿਹੜਾ ਰੂਟ ਹੈ, ਦੋ ਜਿਹੜੀਆਂ ਲੇਅਰ ਨੇ ਉਹ ਖੋਲ੍ਹੇ ਗਏ ਨੇ। ਇਸ ਕਰਕੇ ਜਿਹੜੇ ਲੋਕ ਨੇ ਸਫ਼ਰ ਪੱਖੋਂ ਹਰ ਪੱਖੋਂ ਘਿਰਦੇ ਹੀ ਨਜ਼ਰ ਆ ਰਹੇ ਨੇ। ਇੱਥੇ ਹੀ ਬੱਸ ਨਹੀਂ ਬਲਕਿ ਹਵਾਈ ਜਹਾਜ਼ ਦੇ ਜਿਹੜੇ ਕਿਰਾਏ ਨੇ ਉਹ ਵੀ ਪੰਜਾਬ ਤੋਂ 5 ਗੁਣਾ ਵੱਧ ਗਏ ਨੇ। ਦਿੱਲੀ ਉਡਾਨਾਂ ਜਿਹੜੀਆਂ, ਦਿੱਲੀ ਚੰਡੀਗੜ੍ਹ ਤੋਂ ਜਿਹੜੀਆਂ ਉਡਾਨਾਂ ਜਾ ਰਹੀਆਂ ਨੇ, ਸਪੈਸ਼ਲ ਹਵਾਈ ਜਹਾਜ਼, ਸਪੈਸ਼ਲ ਉਡਾਨਾਂ ਲਗਾ ਦਿੱਤੀਆਂ ਗਈਆਂ ਨੇ। ਸੋ ਵੇਖਣਾ ਹੋਵੇਗਾ ਵੀ ਅੱਜ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਇਹ ਜਿਹੜੇ ਟਰੈਕ ਨੇ, ਰੇਲਵੇ ਟਰੈਕ, ਚਾਹੇ ਉਹ ਰੇਲਵੇ ਟਰੈਕ ਪਟਿਆਲਾ ਤੋਂ ਧੂਰੀ, ਮਲੇਰਕੋਟਲਾ, ਲੁਧਿਆਣਾ, ਬਠਿੰਡਾ, ਗੰਗਾ ਨਗਰ ਨੂੰ ਟਰੈਕ ਜਾਂਦਾ, ਜੇ ਇੱਧਰ ਗੱਲ ਕਰਾਂ ਰਾਜਪੁਰਾ ਤੋਂ ਲੈ ਕੇ ਖੰਨਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਜਲੰਧਰ ਅੰਮ੍ਰਿਤਸਰ ਤੋਂ ਲੈ ਕੇ ਜਿਹੜੀ ਰੇਲਵੇ ਟਰੈਕ ਜਿਹੜੀ ਲਾਈਨ ਹੈ ਜੰਮੂ ਕਟੜਾ ਨੂੰ ਕੱਢਦੀ ਹੈ, 2 ਦਰਜਨ ਦੇ ਕਰੀਬ ਜਿਹੜੀਆਂ ਟ੍ਰੇਨਾਂ ਅੱਜ ਪ੍ਰਭਾਵਿਤ ਹੋਣਗੀਆਂ। ਦੇਖਣਾ ਹੋਵੇਗਾ ਵੀ ਅੱਜ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਰੇਲਾਂ ਨੂੰ 12 ਵਜੇ ਤੋਂ ਬਾਅਦ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਜਾਵੇਗਾ। ਤੁਹਾਨੂੰ ਅਗਲੀ ਅਪਡੇਟ ਲਈ ਮਿਲਾਂਗੇ। ਵਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਟਿਆਲਾ ਤੋਂ।